ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਬਹੁਤ ਵਧੀਆ ਨੁਸਖਾ ਸ਼ੇਅਰ ਕਰੂੰਗੀ। ਜੇ ਤੁਹਾਨੂੰ ਖੰਘ ਆ ਜਾਂ ਛਾਤੀ ਦੇ ਵਿੱਚ ਬਲਗਮ ਜੰਮੀ ਹੋਈ ਆ, ਗਲੇ ਦੇ ਵਿੱਚ ਬਲਗਮ ਜੰਮੀ ਹੋਈ ਆ, ਤਾਂ ਤੁਸੀਂ ਇਸ ਨੁਸਖੇ ਨੂੰ ਜ਼ਰੂਰ ਇਸਤੇਮਾਲ ਕਰੋ। ਜਦੋਂ ਪਹਿਲੀ ਵਾਰੀ ਤੁਸੀਂ ਲੈਣਾ ਆ, ਪਹਿਲੀ ਵਾਰੀ ਦੇ ਵਿੱਚ ਹੀ ਇਹਦੇ ਜਿਹੜੇ ਆ ਕਾਫੀ ਵਧੀਆ ਰਿਜ਼ਲਟ ਮਿਲਦੇ ਆ, ਕਿਉਂਕਿ ਸਰਦੀ ਖਾਂਸੀ ਆਮ ਤੌਰ ਤੇ ਕਿਸੇ ਵੀ ਮੌਸਮ ਦੇ ਵਿੱਚ ਹੋ ਜਾਂਦੀ ਆ। ਜਦੋਂ ਵੀ ਹੁੰਦੀ ਆ ਉਸ ਟਾਈਮ ਗਲੇ ਦੇ ਵਿੱਚ, ਛਾਤੀ ਦੇ ਵਿੱਚ, ਸੀਨੇ 'ਚ ਇੱਦਾਂ ਲਸਾਂ ਨੂੰ ਮਹਿਸੂਸ ਹੁੰਦਾ ਕਿ ਕੁਛ ਜੰਮਿਆ ਹੋਇਆ ਆ। ਜ਼ਿਆਦਾਤਰ ਲੋਕ ਕੀ ਕਰਦੇ ਆ, ਦਵਾਈ ਲੈਂਦੇ ਆ ਜਾਂ ਸਿਰਪ ਦਾ ਸਹਾਰਾ ਲੈਂਦੇ ਆ, ਪਰ ਘਰੇਲੂ ਇਲਾਜ ਅਤੇ ਘਰੇਲੂ ਉਪਾਏ ਦੇ ਨਾਲ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਠੀਕ ਕਰ ਸਕਦੇ ਹਾਂ। ਕਿਉਂਕਿ ਪਹਿਲੇ ਸਮੇਂ ਦੇ ਵਿੱਚ ਸਾਡੇ ਵੱਡੇ ਬਜ਼ੁਰਗ ਘਰ ਦੇ ਘਰੇਲੂ ਨੁਸਖੇ ਜਿਹੜੇ ਹੀ ਜ਼ਿਆਦਾ ਇਸਤੇਮਾਲ ਕਰਦੇ ਸੀ, ਅਤੇ ਜਦੋਂ ਤੁਹਾਨੂੰ ਮਹਿਸੂਸ ਹੋਵੇ ਇਸ ਤਰੀਕੇ ਦਾ ਕਿ ਤੁਹਾਡੇ ਛਾਤੀ ਦੇ ਵਿੱਚ ਬਲਗਮ ਜੰਮੀ ਹੈ, ਤਾਂ ਤੁਸੀਂ ਉਸੇ ਟਾਈਮ ਇਹਨੂੰ ਇਸਤੇਮਾਲ ਕਰਨਾ, ਅਤੇ ਪਹਿਲੀ ਵਾਰੀ ਦੇ ਵਿੱਚ ਹੀ ਤੁਹਾਨੂੰ ਇਹਦਾ ਜਿਹੜਾ ਫਾਇਦਾ ਨਜ਼ਰ ਆਊਗਾ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਤੁਸੀਂ ਕਿਸੇ ਨੂੰ ਵੀ ਇਹ ਨੁਸਖੇ ਨੂੰ ਜਿਹੜਾ ਦੇ ਸਕਦੇ ਹੋ, ਅਤੇ ਅਸਥਮਾ ਵਾਲੇ ਜਿਹੜੇ ਮਰੀਜ਼ ਆ ਉਹ ਵੀ ਇਹਨੂੰ ਟਰਾਈ ਕਰ ਸਕਦੇ ਆ। ਸਭ ਤੋਂ ਸਾਡਾ ਮੇਨ ਇਨਗਰੀਡੀਅੰਟ ਆ ਇਸ ਦੇ ਵਿੱਚ ਦਾਲਚੀਨੀ। ਦਾਲਚੀਨੀ ਨੂੰ ਅਸੀਂ ਮਸਾਲਿਆਂ ਦੇ ਵਿੱਚ ਇਸਤੇਮਾਲ ਕਰਦੇ ਹਾਂ, ਸਾਡੇ ਖਾਣੇ ਦਾ ਸਵਾਦ ਤਾਂ ਇਹ ਵਧਾਉਂਦੀ ਆ, ਇਹਦੇ ਨਾਲ ਕਈ ਬਿਮਾਰੀਆਂ ਦਾ ਇਹ ਇਲਾਜ ਵੀ ਕਰਦੀ ਆ। ਜੇ ਦਾਲਚੀਨੀ ਦੇ ਵਿੱਚ ਅਸੀਂ ਸ਼ਹਿਦ ਨੂੰ ਮਿਲਾ ਦਈਏ ਤਾਂ ਸੋਨੇ 'ਤੇ ਸੁਹਾਗਾ ਹੋ ਜਾਂਦਾ ਆ, ਕਿਉਂਕਿ ਦਾਲਚੀਨੀ ਦੇ ਵਿੱਚ ਐਂਟੀ ਇੰਪਲੀਮੈਂਟਰੀ ਪ੍ਰੋਪਰਟੀਜ਼, ਐਂਟੀ ਆਕਸੀਡੈਂਟ ਪ੍ਰੋਪਰਟੀਜ਼, ਐਂਟੀ ਫੰਗਲ ਪ੍ਰੋਪਰਟੀਜ਼ ਅਤੇ ਵਿਟਾਮਿਨਸ ਕਈ ਤਰ੍ਹਾਂ ਦੇ ਪਾਏ ਜਾਂਦੇ ਆ। ਦਾਲਚੀਨੀ ਜਿਹੜੀ ਆ ਬਹੁਤ ਹੀ ਜ਼ਿਆਦਾ ਫਾਇਦਾ ਕਰਦੀ ਆ ਖੰਘ ਦੇ ਵਾਸਤੇ, ਬਲਗਮ ਹੋਵੇ ਜੰਮੀ ਹੋਵੇ ਛਾਤੀ ਦੇ ਵਿੱਚ, ਉਹਨੂੰ ਬਾਹਰ ਕੱਢਣ ਦੇ ਵਿੱਚ ਇਹ ਬਹੁਤ ਜ਼ਿਆਦਾ ਸਹਾਇਤਾ ਕਰਦੀ ਆ। ਦਾਲਚੀਨੀ ਜਿਹੜੀ ਆ ਆਪਾਂ ਇਸੇ ਤਰ੍ਹਾਂ ਸਾਬੂਤ ਹੀ ਲੈਣੀ ਆ। ਅਸੀਂ ਵੀ ਵੈਸੇ ਤਾਂ ਪਾਊਡਰ ਇਹਦਾ ਬਾਜ਼ਾਰ ਦੇ ਵਿੱਚ ਮਿਲ ਜਾਂਦਾ ਆ, ਪਰ ਆਪਾਂ ਪਾਊਡਰ ਦਾ ਇਸਤੇਮਾਲ ਨਹੀਂ ਕਰਨਾ, ਅਸੀਂ ਇਹਦਾ ਸਾਬੂਤ ਹੀ ਲੈ ਕੇ ਆਪ ਇਹਦਾ ਪਾਊਡਰ ਬਣਾਵਾਂਗੇ। ਪਾਊਡਰ ਬਣਾ ਕੇ ਫਿਰ ਅਸੀਂ ਜਿਹੜਾ ਆ ਨੁਸਖਾ ਤਿਆਰ ਕਰਾਂਗੇ। ਇਹ ਜਿਹੜੇ ਹੁਣ ਦਾਲਚੀਨੀ ਦੇ ਮੈਂ ਇਹਦਾ ਟੁਕੜੇ ਲਏ ਆ, ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਪਹਿਲਾਂ ਪੀਸ ਲੈਣਾ ਹੈ। ਦਾਲਚੀਨੀ ਨੂੰ ਇਹਦਾ ਥੋੜ੍ਹੇ ਛੋਟੇ ਟੁਕੜਿਆਂ ਦੇ ਵਿੱਚ ਤੋੜ ਲੈਣਾ ਹੈ। ਇਹਨੂੰ ਆਪਾਂ ਪੀਸ ਕੇ ਤਿਆਰ ਕਰ ਲਾਂਗੇ। ਪਾਊਡਰ ਦੇਖੋ ਜਿਹੜਾ ਤਿਆਰ ਆ। ਇਸ ਤਰੀਕੇ ਦੇ ਨਾਲ ਪਾਊਡਰ ਬਣਾ ਲੈਣਾ। ਬਣਾਉਣ ਤੋਂ ਬਾਅਦ ਜਿੰਨਾ ਆਪਾਂ ਨੂੰ ਚਾਹੀਦਾ ਆ ਉਹਨਾਂ ਵਰਤ ਲੈਣਾ ਆ, ਬਾਕੀ ਦਾ ਕਿਸੇ ਵੀ ਏਅਰ ਟਾਈਟ ਡੱਬੇ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ। ਅਤੇ ਜਿਹੜੀ ਇਹ ਰੈਮਡੀ ਤੁਸੀਂ ਬਣਾਉਣੀ ਆ ਓਨੀ ਉਹ ਬਣਾਉਣੀ ਆ ਜਿੰਨੀ ਖਾਣੀ ਆ, ਅਤੇ ਜਦੋਂ ਦੂਜੀ ਵਾਰੀ ਬਣਾਉਣੀ ਹੋਵੇ ਤਾਂ ਉਸੇ ਟਾਈਮ ਤਾਜ਼ੀ ਬਣਾ ਕੇ ਤਾਜ਼ੀ ਖਾਣੀ ਆ। ਹੁਣ ਸਾਨੂੰ ਚਾਹੀਦਾ ਆ ਸਿਰਫ ਇੱਕ ਚਮਚਾ ਜਿਹੜਾ ਆ ਆਪਾਂ ਦਾਲਚੀਨੀ ਦਾ ਪਾਊਡਰ ਲਵਾਂਗੇ। ਹੁਣ ਲਵਾਂਗੇ ਇੱਕ ਕੌਲੀ, ਇਹਦੇ ਵਿੱਚ ਦਾਲਚੀਨੀ ਦਾ ਪਾਊਡਰ ਪਾ ਦਾਂਗੇ। ਇੱਕ ਚਮਚਾ ਦਾਲਚੀਨੀ ਦੇ ਪਾਊਡਰ ਦੇ ਵਿੱਚ 2 ਚਮਚੇ ਅਸੀਂ ਸ਼ਹਿਦ ਦੇ ਪਾਉਣੇ ਆ। ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ, 2 ਚੁਟਕੀਆਂ ਪਾਵਾਂਗੇ ਸੈਂਦਾ ਲੂਣ ਦੀਆਂ। ਸੈਂਦਾ ਲੂਣ ਜੇ ਨਾ ਹੋਵੇ ਤਾਂ ਕਾਲਾ ਲੂਣ ਹੋਵੇ ਤਾਂ ਤੁਸੀਂ ਕਾਲੇ ਲੂਣ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਹਨੂੰ ਚੰਗੀ ਤਰ੍ਹਾਂ ਅਸੀਂ ਮਿਲਾ ਲੈਣਾ ਆ। ਸਾਰੀਆਂ ਚੀਜ਼ਾਂ ਮਿਲਾਉਣ ਤੋਂ ਬਾਅਦ ਨੁਸਖਾ ਦੇਖੋ ਜਿਹੜਾ ਸਾਡਾ ਇਹ ਬਣ ਕੇ ਤਿਆਰ ਹੈ। ਇਸ ਤਰੀਕੇ ਦੇ ਨਾਲ ਇਹ ਪਤਲੀ ਫੋਮ ਦੇ ਵਿੱਚ ਹੋਣਾ ਚਾਹੀਦਾ ਆ। ਇਹਨੂੰ ਹੁਣ ਲੈਣਾ ਕਿਵੇਂ ਆ, ਅੱਧਾ ਚਮਚਾ ਜਿਹੜਾ ਆ ਤੁਸੀਂ ਸਵੇਰੇ ਲੈ ਸਕਦੇ ਹੋ, ਅੱਧਾ ਚਮਚਾ ਜਿਹੜਾ ਆ ਰਾਤ ਨੂੰ ਲੈ ਸਕਦੇ ਹੋ। ਜੇ ਬੱਚਿਆਂ ਨੂੰ ਦਿੰਦੇ ਹੋ ਤਾਂ ਉਂਗਲ ਦੇ ਨਾਲ ਇਸ ਤਰੀਕੇ ਦੇ ਨਾਲ ਲਾ ਕੇ ਅਤੇ ਬੱਚਿਆਂ ਨੂੰ 2 ਟਾਈਮ ਤੁਸੀਂ ਚਟਾ ਸਕਦੇ ਹੋ। ਇਹਨੂੰ ਖਾਣ ਤੋਂ ਬਾਅਦ 1 ਘੰਟੇ ਤੱਕ ਕੋਈ ਵੀ ਚੀਜ਼ ਨਹੀਂ ਖਾਣੀ, ਨਾ ਜੇ ਬੱਚਿਆਂ ਨੂੰ ਦਿੰਦੇ ਹੋ ਪਾਣੀ ਮੰਗਦੇ ਆ ਤਾਂ ਤੁਸੀਂ ਕੋਸਾ ਪਾਣੀ ਜਿਹੜਾ ਆ ਦੇ ਸਕਦੇ ਹੋ। 3 ਦਿਨ ਲਗਾਤਾਰ ਇਹਨੂੰ ਇਸਤੇਮਾਲ ਕਰਨਾ ਆ, ਅਤੇ 3 ਦਿਨ ਕੋਈ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ। ਆਈਸਕ੍ਰੀਮ ਹੋ ਗਈ, ਚੌਲ ਹੋ ਗਏ, ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਆ। ਠੰਡਾ ਪਾਣੀ ਨਹੀਂ ਪੀਣਾ, ਕੋਸੇ ਪਾਣੀ ਦਾ ਇਸਤੇਮਾਲ ਕਰਨਾ ਆ। ਜੇ ਬੱਚੇ ਮੰਗਦੇ ਆ ਤਾਂ ਇਹਨੂੰ ਖਾਣ ਤੋਂ ਬਾਅਦ ਪਾਣੀ ਤਾਂ ਤੁਸੀਂ 1-2 ਘੁੱਟ ਉਹਨਾਂ ਨੂੰ ਗਰਮ ਪਾਣੀ ਦੇ ਸਕਦੇ ਹੋ। ਅਤੇ ਇਹਨੂੰ ਖਾਣ ਤੋਂ ਬਾਅਦ 1 ਘੰਟੇ ਤੱਕ ਕੁਛ ਨਹੀਂ ਖਾਣਾ, ਸਵੇਰ ਦੇ ਟਾਈਮ ਵੀ ਅਤੇ ਸ਼ਾਮ ਦੇ ਟਾਈਮ ਵੀ। ਜਦੋਂ ਪਹਿਲੇ ਦਿਨ ਖਾਓਗੇ ਪਹਿਲੇ ਦਿਨ ਹੀ ਤੁਹਾਨੂੰ ਇਹਦਾ ਅਸਰ ਜਿਹੜਾ ਨਜ਼ਰ ਆਊਗਾ। ਬਲਗਮ ਨੂੰ ਗਲੇ ਦੇ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਆ, ਉਹਨੂੰ ਅੰਦਰ ਨਹੀਂ ਲੰਘਾਉਣਾ। ਅਤੇ ਪਾਣੀ ਜਿਹੜਾ ਆ ਖੁੱਲ੍ਹਾ ਪੀਣਾ ਆ, ਖੁੱਲ੍ਹੇ ਪਾਣੀ ਪੀਣ ਦੇ ਨਾਲ ਘੱਟ ਤੋਂ ਘੱਟ 2 ਲੀਟਰ ਪਾਣੀ ਜਿਹੜਾ 1 ਦਿਨ ਦੇ ਵਿੱਚ ਪੀਓ।
ਉਹ ਪਾਣੀ ਜ਼ਿਆਦਾ ਪੀਣ ਦੇ ਨਾਲ ਕੀ ਹੁੰਦਾ, ਪਾਣੀ ਬਲਗਮ ਨੂੰ ਬਾਹਰ ਕੱਢਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਆ। ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਣਾਇਓ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। 3 ਦਿਨ ਤੱਕ ਇਹਨੂੰ ਵਰਤਣ ਤੋਂ ਬਾਅਦ ਕਿੰਨਾ ਤੁਹਾਨੂੰ ਫਾਇਦਾ ਹੁੰਦਾ ਆ, ਕਮੈਂਟ ਸੈਕਸ਼ਨ 'ਚ ਆ ਕੇ ਕਮੈਂਟ ਜ਼ਰੂਰ ਕਰਕੇ ਦੱਸਿਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।